ਬਰਸੀ ਕੱਟ ਕੇ ਲਿਆਂਦੀ ਬਾਰੀ ਬਰਸੀ ਕੱਟ ਕੇ ਲਿਆਂਦੀ ਸੀ ਖਮੀ ਤੇ ਭੰਗੜਾ ਤਾਂ ਸੱਜਦਾ ਨੱਚੇ ਮੁੰਡੇ ਦੀ ਮੰਮੀ ਤੇ ਭੰਗੜਾ ਤਾਂ ਸੱਜਦਾ ਬਰਸੀ ਕੱਟ ਕੇ ਲਿਆਂਦੀ ਬਾਰੀ ਬਰਸੀ ਕੱਟ ਕੇ ਲਿਆਂਦਾ ਤਾਂ ਮਾਂ ਤੇ ਭੰਗੜਾ ਤਾਂ ਸੱਜਦਾ ਨੱਚੇ ਮੁੰਡੇ ਦਾ ਮਾਮਾ ਤੇ ਭੰਗੜਾ ਤਾਂ ਸੱਜਦਾ ਬਾਰੀ ਬਰਸੀ ਕੱਢ ਕੇ ਲਿਆਂਦੇ ਬਾਰੀ ਬਰਸੀ ਕੱਢ ਲਿਆਂਦੇ ਆਲੇ ਤੇ ਭੰਗੜਾ ਤਾਂ ਸੱਜਦਾ ਨੱਚੇ ਮੂਤਲਾਂ ਵਾਲੇ ਤੇ ਭੰਗੜਾ ਤਾਂ ਸੱਜਦਾ ਮੇਰਾ ਜੀ ਕਰਦਾ ਸੀ ਨਾ ਹੀ ਢੋਲ ਵਜਾਵਾਂ ਤੇ ਉਹਨਾਂ ਨੇ ਮੈਨੂੰ ਛੋਟਾ ਜਿਹਾ ਢੋਲ ਲੈ ਕੇ ਉੱਥੋਂ ਜਾ ਸਿੱਖੀ। ਕਿੰਨੀ ਸਾਲ ਦੀ ਉਮਰ ਜਦੋਂ ਢੋਲੇ ਸ਼ੁਰੂ ਕੀਤਾ? ਜਦੋਂ ਮੈਂ 3 ਸਾਲ ਦੀ ਸਾਂ। ਹੁਣ ਕਿੰਨੀ ਉਮਰ ਹੈ? 6 ਸਾਲ ਦਾ। ਤੇ ਹੁਣ ਵਿਆਹ ਸ਼ਾਦੀ? ਇੱਕ ਭੰਗੜਾ, ਇੱਕ ਮਟਾਲ, ਇੱਕ ਕੈਮਰਾ, ਇੱਕ ਰੁੱਡੀ। ਤੇ ਮੇਰੇ ਵੀ ਕੋਨੇ? ਹਾਂਜੀ, ਉਹਨਾਂ ਨਾਲ ਸਾਹ ਪਾਣੀ ਲੈ ਕੇ ਫਿਰ ਨਾ ਢੋਲ ਵਜਾਉਣਾ ਆ। ਤੇ ਪੜ੍ਹਾਈ ਕਰਦੇ ਜਾਂ? 2 ਵਾਰ ਢੋਲ ਵਜਾਇਆ ਆ। ਤੇ ਉੱਥੋਂ ਕਦੀ ਮਾਨ ਸਨਮਾਨ ਕਦੀ ਮੈਡਲ ਜੱਟ ਮਿਲੇ ਤੁਹਾਨੂੰ ਜੀ? ਹਾਂਜੀ। ਕਿੰਨੇ ਵੀ ਮੈਡਲ ਮਿਲਦੇ ਹੁੰਦੇ? ਵਾਵਾ ਮਿਲਦੇ ਹੁੰਦੇ ਸੀ। ਤੇ ਵੱਡੇ ਕੀ ਬਣਨਾ ਪਤਸ ਨੇ? ਫੌਜੀ। ਫੌਜੀ ਬਣਨਾ। ਦੇਸ਼ ਦੀ ਸੇਵਾ ਕਰਨੀ ਹੈ? ਹਾਂਜੀ। ਬਾਰੀ ਬਰਸੀ ਕੱਢ ਕੇ ਲਿਆਂਦੀ ਬਾਰੀ ਬਰਸੀ ਕੱਢ ਕੇ ਲਿਆਂਦੇ ਆਲੇ ਤੇ ਭੰਗੜਾ ਤਾਂ ਸੱਜਦਾ ਨੱਚੇ ਮੂਤਲਾਂ ਵਾਲੇ ਤੇ ਭੰਗੜਾ। ਤੇ ਤੁਹਾਡੀ ਉਮਰ ਕਿੰਨੀ ਹੈ? 6 ਸਾਲ ਦੀ। ਤੇ ਮੈਨੂੰ ਇਸ ਵਿੱਚ ਢੋਲ ਵਜਾਉਣ ਦਾ ਸ਼ੌਂਕ ਕਿੱਥੋਂ ਪਿਆ ਤੁਹਾਨੂੰ? ਮੈਨੂੰ ਮੇਰੇ ਦਾਦਾ ਜੀ ਵਜਾਉਂਦੇ ਸੀ, ਮੈਨੂੰ ਵਿਆਹ ਸ਼ਾਦੀਆਂ 'ਚ ਛੱਡਦੇ ਸੀ। ਮੇਰਾ ਜੀ ਕਰਦਾ ਸੀ ਨਾ ਹੀ ਢੋਲ ਵਜਾਵਾਂ ਤੇ ਉਹਨਾਂ ਨੇ ਮੈਨੂੰ ਛੋਟਾ ਜਿਹਾ ਢੋਲ ਲੈ ਕੇ ਉੱਥੋਂ ਜਾ ਸਿੱਖੀ। ਕਿੰਨੀ ਸਾਲ ਦੀ ਉਮਰ 'ਚ ਜਦੋਂ ਢੋਲੇ ਸ਼ੁਰੂ ਕੀਤਾ? ਜਦੋਂ ਮੈਂ 3 ਸਾਲ ਦੀ ਸਾਂ। ਹੁਣ ਕਿੰਨੀ ਉਮਰ ਹੈ? 6 ਸਾਲ ਦਾ। ਤੇ ਹੁਣ ਵਿਆਹ ਸ਼ਾਦੀ ਜਾਂਦੇ ਦਾਦਾ ਜੀ ਨਾਲ? ਹਾਂਜੀ। ਕਿੱਥੇ ਜਾਂਦੇ? ਵਿਆਹ ਸ਼ਾਦੀਆਂ 'ਚ, ਮੇਲੇ ਮੂਲੇ। ਤੇ ਕਿੰਨਾ ਕੁ ਲੋਕ ਪਿਆਰ ਕਰਦੇ ਨੇ? ਬੜਾ। ਤੇ ਢੋਲ ਹਰ ਇੱਕ ਤਰ੍ਹਾਂ ਦਾ ਵਜਾ ਲੈਂਦੇ ਹੋ? ਹਾਂਜੀ। ਕਿੰਨੇ ਤਰ੍ਹਾਂ ਦੇ ਥਾਪ ਹੁੰਦੀ ਢੋਲ ਦੀ? ਇੱਕ ਭੰਗੜਾ, ਇੱਕ ਮਟਾਲ, ਇੱਕ ਕੈਮਰਾ, ਇੱਕ ਰੁੱਡੀ। ਤੇ ਮੈਨੂੰ ਇਹ ਵੀ ਪਾਉਂਦੇ ਹੋ? ਹਾਂਜੀ। ਤੇ ਮੈਨੂੰ ਇਹ ਸੋ ਵੀ ਸਕੂਲ ਜਾਂਦੇ ਜੀ? ਹਾਂਜੀ। ਕਿਹੜੀ ਕਲਾਸ 'ਚ? ਦੂਜੀ 'ਚ। ਕਿਹੜੇ ਸਕੂਲੇ? ਐਲੀਮੈਂਟਰੀ ਸਕੂਲ। ਸਰਕਾਰੀ ਸਕੂਲ ਪੜ੍ਹਦੇ? ਹਾਂਜੀ। ਤੇ ਮੈਨੂੰ ਇਸ ਸਕੂਲ ਜੋ ਪੜ੍ਹਾਈ ਦੇ ਦੌਰਾਨ ਕਿੱਦਾਂ ਟਾਈਮ ਕੱਢ ਲੈਂਦੇ ਹੋ ਨਾਲ ਢੋਲ ਵਜਾਉਣ ਦਾ? ਢੋਲ ਵਜਾਉਣ ਦਾ ਜਦੋਂ ਮੈਂ ਉਹਨਾਂ ਸਾਹ ਪਾਣੀ ਲੈ ਕੇ ਫਿਰ ਨਾ ਢੋਲ ਵਜਾਉਣਾ ਆ। ਤੇ ਪੜ੍ਹਾਈ ਕਰਦੇ ਜੀ ਨਾਲ ਸਕੂਲ ਦਾ ਕੰਮ? ਹਾਂਜੀ। ਤੇ ਮੈਨੂੰ ਇਹ ਦੱਸੋ ਵੀ ਕਦੀ ਸਕੂਲ ਵਿੱਚ ਜਾ ਕੇ ਢੋਲ ਵਜਾਇਆ ਕਦੀ? ਹਾਂਜੀ ਵਜਾਉਂਦੇ ਸਕੂਲ? ਹਾਂਜੀ ਦੱਸੋ। ਵਿੱਚ ਸਕੂਲ ਦੇ 2 ਵਾਰ ਢੋਲ ਵਜਾਇਆ ਆ। ਤੇ ਉੱਥੋਂ ਕਦੀ ਮਾਨ ਸਨਮਾਨ ਕਦੀ ਮੈਡਲ ਜੱਟ ਮਿਲੇ ਤੁਹਾਨੂੰ ਜੀ? ਹਾਂਜੀ। ਕਿੰਨੇ ਵੀ ਮੈਡਲ ਮਿਲਦੇ ਹੁੰਦੇ? ਵਾਵਾ ਮਿਲਦੇ ਹੁੰਦੇ ਸੀ। ਤੇ ਵੱਡੇ ਕੀ ਬਣਨਾ ਪਤਸ ਨੇ? ਫੌਜੀ। ਫੌਜੀ ਬਣਨਾ। ਦੇਸ਼ ਦੀ ਸੇਵਾ ਕਰਨੀ ਹੈ? ਹਾਂਜੀ। ਤੇ ਪਾਪਾ ਜੀ ਦਾਦਾ ਜੀ ਢੋਲ ਵਜਾਉਂਦੇ ਨਾਲ ਰਿਆਜ਼ ਵੀ ਕਰਦਾ ਨਾ ਢੋਲ? ਦੱਸੋ। ਹਾਂਜੀ। ਕਿਸ ਤਰ੍ਹਾਂ? ਇੱਕ ਭੰਗੜਾ, ਇੱਕ ਮਟਾਲ, ਇੱਕ ਕੈਮਰਾ, ਇੱਕ ਰੁੱਡੀ। ਤੇ ਮੈਨੂੰ ਦੱਸੋ ਵੀ ਤੁਹਾਡੇ ਪਾਪਾ ਕੀ ਕੰਮ ਕਰਦੇ ਨੇ? ਫੈਕਟਰੀ 'ਚ ਜਾਂਦੇ ਹੋ? ਫੈਕਟਰੀ ਜਾਂਦੇ ਨੇ। ਹਾਂਜੀ।
ਬੋਲੀ ਸੁਣਾ ਦੋ। ਹਾਂ ਬੋਲੀ ਬਾਰੀ ਬਰਸੀ ਕੱਟ ਕੇ ਲਿਆਂਦੀ, ਬਾਰੀ ਬਰਸੀ ਕੱਟ ਕੇ ਲਿਆਂਦਾ ਤਾ ਮਾਂ ਤੇ ਭੰਗੜਾ ਤਾ ਸੱਜਦਾ, ਨੱਚ ਮੁੰਡੇ ਦਾ ਮਾਮਾ ਤੇ ਭੰਗੜਾ ਤਾ ਸੱਜਦਾ। ਬਾਰੀ ਬਰਸੀ ਕੱਟ ਕੇ ਲਿਆਂਦੇ, ਬਾਰੀ ਬਰਸੀ ਕੱਟ ਲਿਆਂਦੇ ਆਲੇ ਤੇ ਭੰਗੜਾ ਤਾ ਸੱਜਦਾ, ਨੱਚ ਮੂਦਲਾਂ ਵਾਲੇ ਤੇ ਭੰਗੜਾ ਤਾ ਸੱਜਦਾ। ਗੁਰਮੀਤ ਸਿੰਘ ਹੈ ਜੀ। ਪਿੰਡ? ਪਿੰਡ ਮੇਰਾ ਮੂਦਲ ਹੈ ਜੀ। ਕੀ ਨਾਮ ਤੁਹਾਡੇ ਪੋਤੇ ਦਾ? ਪਤਰਸ ਹੈ ਜੀ। ਤੁਸੀਂ ਕੀ ਕੰਮ ਕਰਦੇ ਹੋ? ਮੈਂ ਤਾਂ ਵੈਸੇ ਜੀ ਢੋਲ ਵਜਾਉਂਦਾ ਵਾਂ, ਪਹਿਲਾਂ ਵਜਾਉਂਦਾ ਹਾਂ, ਜਿਸ ਤਰ੍ਹਾਂ ਕਿ ਮੈਂ ਵਿਆਹ ਸ਼ਾਦੀਆਂ 'ਤੇ ਜਾਣਾ ਵਾਂ ਜਾਂ ਮੇਲਿਆਂ ਦੇ ਉੱਤੇ ਜਾਣਾ ਵਾਂ, ਅਤੇ ਜੀ ਕਿਸੇ ਵੇਲੇ ਵਿਆਹ ਸ਼ਾਦੀ 'ਤੇ ਨਹੀਂ ਪ੍ਰੋਗਰਾਮ ਆਉਂਦੇ ਅਤੇ ਕਿਸੇ ਵੇਲੇ ਮੇਲੇ ਵੀ ਨਹੀਂ ਆਉਂਦੇ, ਫਿਰ ਦਿਹਾੜੀ ਧੱਪਾ ਕਰ ਲਈਦਾ ਵਾ, ਦਿਹਾੜੀ ਚਲੇ ਜਾਈਦਾ ਵਾ, ਆਪਣਾ ਰੋਟੀ ਪਾਣੀ ਚਲਾਈਦਾ, ਬੱਚੇ ਤਾਂ ਪਾਲਣੇ। ਬੱਚੇ ਵੀ ਇਸ ਲਾਈਨ 'ਚ ਹੈਗੇ ਢੋਲ ਵਜਾਉਣ? ਨਹੀਂ ਜੀ, ਬੱਚੇ ਤਾਂ ਹੁਣ ਹਾਲੇ ਮੈਂ ਇਹਨੂੰ ਸਿਖਾਉਂਦਾ, ਇੱਕ ਮੇਰਾ ਬੱਚਾ ਸੀ ਉਹਨੂੰ ਮੈਂ ਸਿਖਾਉਂਦਾ ਹਾਂ, ਪਰ ਇਹ ਉਹਦੇ ਨੂੰ ਜ਼ਿਆਦਾ ਕਾਬਲ ਹੋ ਗਿਆ। ਤੁਹਾਡਾ ਕੀ ਲੱਗਦਾ? ਇਹ ਮੇਰਾ ਪੋਤਰਾ ਵਾ ਜੀ। ਕਿੰਨੀ ਉਮਰ ਨੇ ਢੋਲ ਵਜਾਉਣਾ ਸਿੱਖਿਆ? ਇਹ ਉਦੋਂ 3 ਕੁ ਸਾਲ ਦਾ ਸੀ ਜੀ, ਅਤੇ ਹੁਣ ਕਿੰਨੇ ਸਾਲ ਦਾ ਹੋ ਗਿਆ? ਹੁਣ 6 ਸਾਲ ਦਾ ਹੋ ਗਿਆ ਹੈ। ਪੂਰਾ ਢੋਲ ਜਾਣਦਾ ਜੀ? ਹਾਂਜੀ, ਬੜਾ ਵਧੀਆ ਢੋਲ ਵਜਾਉਂਦਾ, ਬਹੁਤ ਸੋਹਣਾ ਢੋਲ ਵਜਾਉਂਦਾ ਹੈ। ਅਤੇ ਤੁਹਾਡੇ ਨਾਲ ਜਾਂਦਾ ਹੈ ਕਿਤੇ? ਹਾਂਜੀ, ਮੇਰੇ ਨਾਲ ਜਾਂਦਾ ਵਾ। ਹਾਂਜੀ, ਵਿਆਹ ਸ਼ਾਦੀਆਂ 'ਤੇ ਜਾਂਦਾ ਵਾ, ਮੇਲਿਆਂ 'ਤੇ ਮੈਂ ਕੱਢਦਾ ਇਹਨੂੰ, ਬੜਾ ਪ੍ਰੇਮ ਅਤੇ ਸਤਿਕਾਰ, ਦੁਨੀਆ ਬੜਾ ਪਿਆਰ ਕਰਦੀ ਹੈ ਇਹਨਾਂ ਨਾਲ, ਕਿ ਇੰਨਾ ਕੁ ਪਿਆਰ ਕਰਦੀ ਆ ਕਿ ਮੈਂ ਇਸ ਰੱਬ ਗਾੜੀ ਬੇਨਤੀਆਂ ਕਰਦਾ ਵਾਂ ਕਿ ਮਹਾਰਾਜ ਇਹ ਰੱਬ ਵਾਹਿਗੁਰੂ ਇਹਦੀ ਐਡੀ ਕੁ ਲੰਮੀ ਕਿਰਪਾ ਕਰੇ ਕਿ ਇਹਦੀ ਉਮਰ ਬਖਸ਼ੇ, ਕਿ ਇਹਨੂੰ ਤਾਂ ਜਾਵੇ ਇੰਨਾ ਕੁ ਤਰੱਕੀ ਕਰੇ, ਕਿ ਇੰਨੀ ਕੁ ਤਰੱਕੀ ਕਰੇ ਕਿ ਬੇਹੱਦ ਤਰੱਕੀ ਕਰੇ, ਕਿ ਮੇਰੀ ਤਾਂ ਇਹੋ ਫਿਰ ਬੇਨਤੀ ਆ ਕਿ ਇਹਨੂੰ ਕਿਤੇ ਫਿਲਮਾਂ ਦੇ ਵਿੱਚ ਲੈ ਜਾਣ ਅਤੇ ਸਾਡੀ ਰੋਟੀ ਰੋਜ਼ੀ ਵਧੀਆ ਚੱਲੇਗੀ। ਇਹਨੂੰ ਢੋਲ ਜੋਨ ਦਾ ਕੰਮ ਇਹਨੂੰ ਰੱਖੋਗੇ ਜਾਂ ਕਿ ਜਾਂ ਜ਼ਿੰਦਗੀ ਦੀ ਨੌਕਰੀ ਕਰੇਗਾ ਜੀ? ਜੇ ਸਾਰੇ ਜਿਸ ਤਰ੍ਹਾਂ ਮਤਲਬ ਕਿ ਜੇ ਫਿਲਮਾਂ ਦੇ ਵਿੱਚ ਲੈ ਜਾਣ ਫਿਰ ਤਾਂ ਢੋਲ ਵਜਾਊਗਾ, ਅਤੇ ਹੋ ਸਕਦਾ ਕਿ ਫਿਰ ਇਹਨੂੰ ਹੋਰ ਵੀ ਕੋਈ ਸਾਥ ਸਿਖਾਇਆ ਜਾਵੇ, ਅਤੇ ਜੇ ਨਾ ਇਹ ਫਿਲਮਾਂ ਦੇ ਵਿੱਚ ਗਿਆ ਕੋਈ ਨਾ ਕੰਮ ਮਿਲਿਆ ਤਾਂ ਫਿਰ ਇਹਨੂੰ ਕਿ ਜਾਂ ਕੋਈ ਸਰਕਾਰੀ ਨੌਕਰੀ ਜਾਂ ਸਕੂਲ ਦੇ ਵਿੱਚ ਮਿਲ ਜਾਵੇ ਜਾਂ ਕੋਈ ਹੋਰ ਨੌਕਰੀ ਜਾਂ ਕੋਈ ਫੌਜੀ ਬਣ ਜਾਵੇ, ਤਾਂ ਮੈਂ ਤਾਂ ਇਹ ਚਾਹੁੰਦਾ ਕਿ ਕੋਈ ਸਰਕਾਰੀ ਨੌਕਰੀ ਮਿਲ ਜਾਵੇ। ਕਿਹੜੀ ਕਲਾਸ 'ਚ ਪੜ੍ਹਦਾ ਜੀ? ਹੁਣ 2ਜੀ 'ਚ ਪੜ੍ਹਦਾ ਜੀ ਇਹ। ਕਿਹੜੇ ਸਕੂਲ ਪੜ੍ਹਦਾ ਜੀ? ਇਹ ਸਰਕਾਰੀ ਸਕੂਲੇ ਪੜ੍ਹਦਾ ਜੀ, ਪਿੰਡ ਹੀ ਪੜ੍ਹਦਾ ਵਾ। ਅਤੇ ਤੁਸੀਂ ਢੋਲ ਦੇ ਸਿਰ 'ਤੇ ਸਾਰਾ ਪਰਿਵਾਰ ਦਾ ਪਾਲਾ ਪੋਸ਼ ਕੀਤਾ? ਹਾਂਜੀ, ਢੋਲ ਵੀ ਮੈਂ ਵਜਾਉਂਦਾ ਵਾਂ, ਕੁਝ ਦਿਹਾੜੀ ਵੀ ਕਰਦਾ ਵਾਂ, ਕਿਸੇ ਵੇਲੇ ਪ੍ਰੋਗਰਾਮ ਨਹੀਂ ਆਉਂਦੇ, ਜਦੋਂ ਪ੍ਰੋਗਰਾਮ ਆਉਂਦੇ ਫਿਰ ਆਪਾਂ ਪ੍ਰੋਗਰਾਮ 'ਤੇ ਜਾਂਦੇ ਹਾਂ ਸਰ। ਅਤੇ ਹੁਣ ਤੁਸੀਂ ਇੱਕ ਬੋਲੀ ਸੁਣਾ ਸਾਲ ਦਰਸ਼ਕਾਂ ਸਾਡੇ ਨੂੰ ਕੋਈ ਸਾਲ? ਠੀਕ ਹੈ ਸਰ, ਇਹਦੇ ਵਾਲੀ ਸੁਣਾ ਦੇਵਾਂ। ਮੈਨੂੰ ਕੋਈ ਬੋਲੀ ਦੱਸਾਂ। ਉਹ ਬਾਰੀ ਬਰਸ਼ੀ ਖੱਟਣ ਗਿਆ ਸੀ ਤੇ ਉਹ ਪਿੰਡਾਂ ਵਿੱਚੋਂ ਪਿੰਡ ਸੁਣੀਦਾ ਮੋਗਾ, ਮੋਗੇ ਦਾ ਇੱਕ ਸਾਧ ਸੁਣੀਦਾ ਬੜੀ ਸੁਣੀ ਦੀ ਸੋਭਾ, ਆਉਂਦੀ ਜਾਂਦੀ ਨੂੰ ਘੜਾ ਚਕਾਉਂਦਾ ਤੇ ਪਿੱਛੋਂ ਮਾਰਦਾ ਗੋਡਾ, ਲੱਕ ਮੇਰਾ ਪਤਲਾ ਜਿਹਾ ਭਾਰ ਸਹਿਣ ਨਾ ਜੋਗਾ, ਲੱਕ ਮੇਰਾ ਪਤਲਾ ਜਿਹਾ ਭਾਰ ਸਹਿਣ ਨਾ ਜੋਗਾ, ਲੱਕ ਮੇਰਾ ਪਤਲਾ ਜਿਹਾ।